अस्सलाम वालेकुम पंजाबी दी मस्ती यूट्यूब चैनल विच तुहानू बहुत बहुत खुशामदीद। ते अज दा टूर असी लैके चले आ दोस्तां दे नाल ही। असी चले आ जी शाह अल्लाह दित्ता के हुण साडे नाल कौन कौन शामिल है। साडे नाल ने नाल अली भाई, शानी भाई, ये जी एड दी मशहूर हस्ती इहनां ते तुसीं जानदे होगे। नाल ने अब्दुल रहमान भाई जिन्हां दे पलाह दे ने पिंडी विच। हुण चलने आ ते बाकी उत्थे जाके तुहानू विखाउने आ शाह अल्लाह दित्ता के जाके। रस्ते च हुण अहीं रुके आ सिर्फ पेट्रोल पवाउण वास्ते। इह जिहड़े पंप दे खड़े आ F10 दे अंदर आंदे आ ते तुसीं इत्थों देखो कि बिलकुल सामने जिहड़ा ओह F9 पार्क है। F9 पार्क दे बिलकुल ऑपोजिट साइड आ ते इह वाला पंप है। टोटल पार्को दा पंप है। पेट्रोल शोल पवा लो अगों तुहानूं कोई पता नहीं रस्ता मिले या ना मिले, पेट्रोल मिले ना मिले। जे मिलदा सानूं फिर तुहानूं अगे दसने आ कि पेट्रोल उत्थे है या नहीं है, कोई पवा सकदे हो कि नहीं पवा सकदे। रस्ता थोड़ा जो उस तरह से निकले जी एड दो या फिर तक पहुंचे अगे देख रहे की बात। ਅਸੀਂ ਇੱਥੇ ਪਹੁੰਚ ਚੁੱਕੇ ਹਾਂ ਸ਼ਾਹ ਅੱਲਾ ਦਿੱਤਾ ਕੇਵਸ। ਇਹ ਉਹ ਜਗ੍ਹਾ ਜਿੱਥੇ 2400 ਸਾਲ ਪਹਿਲੇ ਬੁੱਧਾ ਜਿਹੜੇ ਹੁੰਦੇ ਹਨ ਉਹ ਮੰਨਣ ਵਾਲੇ ਉਹ ਇੱਥੇ ਮੈਡੀਟੇਸ਼ਨ ਵਾਸਤੇ ਆਉਂਦੇ ਹੁੰਦੇ ਹਨ। ਫਿਰ ਆਸਤਾ ਆਸਤਾ ਉਹ ਗਏ ਅਤੇ ਉਹਨਾਂ ਦੇ ਬਾਅਦ ਉਹ ਹਿੰਦੂਆਂ ਨੇ ਇੱਥੇ ਆ ਕੇ ਮੈਡੀਟੇਸ਼ਨ ਕਰਨਾ ਸ਼ੁਰੂ ਕਰ ਦਿੱਤੀ। ਇਹ ਹੁਣ ਦੇ ਨੇ ਬਹੁਤ ਪੁਰਾਣੀਆਂ ਜਿਹੜੀਆਂ ਹਿਸਟਰੀਆਂ ਨੇ ਸਟੋਰੀਆਂ ਨੇ ਇਹਦੀਆਂ। ਅਤੇ ਉਹਨਾਂ ਦੇ ਬਾਅਦ ਉਹ ਫਿਰ ਮੁਸਲਮਾਨਾਂ ਦੇ ਸੂਫੀ ਜਿਹੜੇ ਵਗੈਰਾ ਹਨ ਫਿਰ ਉਹ ਆ ਕੇ ਇੱਥੇ ਰਹਿਣਾ ਸ਼ੁਰੂ ਹੋ ਗਏ, ਵਸਣਾ ਸ਼ੁਰੂ ਹੋ ਗਏ। ਇਹ ਹੁਣ ਸਾਡੇ ਨਾਲ ਸਾਰੇ ਸਾਡੇ ਦੋਸਤ ਵੀ ਨੇ, ਗਰੁੱਪ ਪੂਰਾ ਆਏ ਹਾਂ ਅਸੀਂ। ਹੁਣ ਤੁਹਾਨੂੰ ਨਾਲ ਨਾਲ ਅਸੀਂ ਉਹਦੀ ਸਾਰੀ ਜਗ੍ਹਾ ਨਾਲ ਨਾਲ ਦਿਖਾਉਂਦੇ ਰਹਾਂਗੇ। ਇੱਕ ਇਹ ਥਾਂ ਪਹੁੰਚੀਏ ਉੱਥੇ ਪੰਜਾਬੀਆਂ ਨੂੰ ਇਹੀ ਹੁੰਦਾ ਕਿ ਆਪਣੀਆਂ ਫੋਟੋਆਂ ਖਿੱਚ ਲਓ, ਸਾਰਾ ਕੁਛ ਕਰ ਲਓ, ਆਹ ਵੇਖ ਲਓ, ਇਹ ਵੀ ਸਕੂਨ ਨਾਲ ਖਲੋ ਰਿਹਾ, ਮੈਂ ਵੀ ਸਕੂਨ ਨਾਲ ਹਾਂ, ਆਹ ਦੋ ਬੰਦੇ ਵੇਖ ਲਓ ਫੋਟੋਆਂ ਦੇ ਫੋਟੋਆਂ। ਇਹਨਾਂ ਨਾਲ ਫੋਟੋਆਂ ਚਾਹੀਦੀ, ਕਿਸੇ ਪੋਰਟਰੇਟ 'ਚ ਚਾਹੀਦੀ, ਕਿਸੇ ਨੂੰ ਆਪਣੇ ਇਸ ਤਰ੍ਹਾਂ ਚਾਹੀਦੀ। ਸ਼ਾਇਦ ਸਭ ਤੁਹਾਨੂੰ ਕੁਛ ਸ਼ਾਇਦ ਚਾਹੀਦੀ ਹੈ। ਤੁਹਾਨੂੰ ਕੀ ਚਾਹੀਦਾ? ਇਹ ਬਸ ਇੱਥੇ ਹੀ ਆ ਗਏ, ਇਹਨਾਂ ਨੂੰ ਇੱਥੇ ਬੁੱਧੇ ਚ ਬੁੱਧੇ ਚਾਹੀਦੇ ਨੇ। ਇਹ ਇੱਥੇ ਕੋਈ ਦੂਸਰੀ ਜਗ੍ਹਾ ਵਗੈਰਾ ਨਹੀਂ ਹੈ, ਇੱਥੇ ਫੈਮਲੀਆਂ ਵੀ ਆ ਸਕਦੀਆਂ ਨੇ, ਦੋਸਤ ਦੋਸਤਾਂ ਵਗੈਰਾ ਦੇ ਨਾਲ ਵੀ ਤੁਸੀਂ ਆ ਸਕਦੇ ਹੋ। ਜ਼ਰੂਰੀ ਨਹੀਂ ਕਿ ਤੁਸੀਂ ਇਕੱਲੇ ਹੀ ਆਓ, ਅਤੇ ਫੈਮਲੀ ਨਾਲ ਲੈ ਕੇ ਆਓ। ਇਕੱਲੇ ਆਉਣਾ ਚਾਹੋ ਇਹ ਰਸਤਾ ਤੁਸੀਂ ਇਹਦੇ ਨਾਲ ਗੇਵਸ ਸਾਰੇ ਉਹਦੇ ਨਾਲ ਨਾਲ ਜਿਹੜੀਆਂ ਨਾ ਬਹੁਤ ਖੂਬਸੂਰਤ ਮਨਾਜ਼ਰ ਹਨ ਜਿਹੜੇ ਤੁਹਾਨੂੰ ਜਿੱਥੇ ਨਾਲ ਦੇਖਣ ਨੂੰ ਮਿਲਣਗੇ। ਅਤੇ ਨਾਲ ਨਾਲ ਹੀ ਸਾਡੇ ਚੱਲਦੇ ਜਾਓ ਅਤੇ ਤੁਹਾਨੂੰ ਸਾਡਾ ਪੂਰੀ ਗੇਵਸ ਜਿਹੜੀਆਂ ਨੇ ਵਹਾ ਕੇ ਲੈ ਕੇ ਜਾਵਾਂਗੇ ਕਿ ਅੰਦਰੋਂ ਕਿਸ ਤਰ੍ਹਾਂ ਨਜ਼ਰ ਆਉਂਦੀਆਂ ਅਤੇ ਬਾਹਰੋਂ ਕਿਸ ਤਰ੍ਹਾਂ ਨਜ਼ਰ। ਲੋ ਬਾਈ ਜਾਨ, ਇੱਥੇ ਇੱਕ ਜਿਹੜਾ ਨਾ ਪੂਲ ਜਿਹਾ ਬਣਿਆ, ਇਹਦੇ ਅੰਦਰ ਬਹੁਤ ਸੀਆਂ ਮੱਛੀਆਂ ਵੀ ਨੇ, ਕਲਰਫੁੱਲ ਮੱਛੀਆਂ ਨੇ, ਨਾਲ ਦੂਸਰੀਆਂ ਮੱਛੀਆਂ ਵੀ ਨੇ ਤੁਹਾਨੂੰ ਨਜ਼ਰ ਆ ਰਹੀਆਂ। ਮਗਰ ਇਹ ਕਿ ਸਾਡੇ ਪਾਕਿਸਤਾਨੀ ਲੋਕ ਜਿੱਥੇ ਵੀ ਆਉਣਗੇ ਨਾ ਉਹਦੇ ਗੰਦ ਲਾਜ਼ਮੀ ਪਾ ਕੇ ਜਾਣਗੇ। ਉਹ ਜਿਹੜੀਆਂ ਮੱਛੀਆਂ ਨੇ ਸਾਰੀਆਂ, ਉਹਨਾਂ ਦੇ ਨਾਲ ਨਾਲ ਉਹਨਾਂ ਦਾ ਪਾਣੀ ਕਿੱਥੋਂ ਆ ਰਿਹਾ, ਉਹਨਾਂ ਦਾ ਪੂਲ ਕਿੱਥੋਂ ਆ ਰਿਹਾ। ਇਹ ਇਸ ਕਿਆਰ ਦੇ ਬੈਕ ਸਾਈਡ 'ਤੇ ਵੀ ਇੱਕ ਚਸ਼ਮਾ, ਚਸ਼ਮੇ ਦੇ ਬੈਕ ਸਾਈਡ ਤੋਂ ਸਾਰਾ ਪਾਣੀ ਆ ਰਿਹਾ। ਇਹ ਸਾਰਾ ਮੱਛੀਆਂ ਪਾਣੀ, ਮੱਛੀਆਂ ਵੀ ਯੂਜ਼ ਕਰਦੀਆਂ, ਦੂਸਰੀਆਂ ਸਾਫ਼ ਪਾਣੀ ਆ ਰਿਹਾ ਜਿਹੜਾ ਇਹਨਾਂ ਪਹਾੜਾਂ ਤੋਂ। ਕੋਈ ਇਹ ਬੋਰਡ ਦਾ ਦਰਖਤ ਹੈ, ਨਾਲ ਪਿੱਪਲ ਦੇ ਦਰਖਤ ਨੇ, ਕਿਸ ਚੀਜ਼ ਦੇ ਵੀ ਇਹ ਹੁਣ ਦੇ ਨਹੀਂ, ਬਹੁਤ ਪੁਰਾਣੇ ਪੁਰਾਣੇ ਜਿਹੜੇ ਦਰਖਤ ਨੇ ਇਹ ਦੇਖ ਸਕਦੇ ਹੋ ਤੁਸੀਂ ਨਾਲ ਨਾਲ। ਉਹਦੇ ਅੰਦਰ ਹੈ ਛੋਟੀ ਛੋਟੀ ਗਾਰ ਬਣੀ ਹੈ ਜਿਹਨੂੰ ਅਸੀਂ ਅੰਗਰੇਜ਼ੀ ਜ਼ਬਾਨ ਵਿੱਚ ਅਸੀਂ ਕੇਵਸ ਆਉਂਦੇ ਹਾਂ। ਇਹ ਛੋਟੀ ਛੋਟੀ ਕਾਨ ਵਗੈਰਾ ਨੇ, ਇੱਥੋਂ ਹੀ ਅਸੀਂ ਅਤੇ ਉੱਪਰ ਇੱਥੋਂ ਜੇ ਚੜ੍ਹੀਏ ਤਾਂ ਕੋਸ਼ਿਸ਼ ਕਰਦੇ ਹਾਂ ਇਹ ਚੜਿਆ ਜਾਏ। ਲਓ ਇਹ ਆ ਗਏ, ਇਹ ਗਾਰ ਜੇ ਸਾਰੀ ਇਹ ਦੇਖ ਸਕਦੇ ਹੋ ਕਿ ਉੱਪਰ ਪੱਥਰ ਵਗੈਰਾ ਸਾਰੇ ਜਿਹੜੇ ਥੋੜ੍ਹਾ ਜਿਹਾ ਡੇਂਜਰਸ ਕੰਮ ਹੋਏ ਆ ਇੱਥੇ, ਮੱਟੀ ਦੇ ਢੇਲੇ ਨੇ ਗਿੜੇ ਨਾਲੇ ਪਰ ਇਹ ਕੇਵ ਜੇ ਸਾਰੀ। ਹਾਂਜੀ ਸ਼ਾਨੀ ਸਾਹਿਬ, ਤੁਹਾਨੂੰ ਕੈਸਾ ਲੱਗਾ? ਮਰ ਗਏ ਉਹਨੇ ਦਾਰ ਤੇ ਨਹੀਂ ਸੀ ਦੇਣਾ ਤੇਰਾ। ਇੱਥੋਂ ਚੱਲਦੇ ਜਾਓ, ਚੱਲਦੇ ਜਾਓ, ਚੱਲਦੇ ਜਾਓ। ਇਹ ਦੂਸਰੀ ਸਾਈਡ ਤੇ ਵੀ ਗਾਰ ਦਾ ਰਸਤਾ ਹੈ।
मगर वो दसिया गया सानू कि वो गार थोड़ी वड्डी है कि जिहड़े तुसीं अंदरों निकल के दूसरी साइड तो भी जाके निकल सकते हो, यह मोमेंटम इहदा देख सकते हो गार दा। मगर है कि दिन टाइम ही है ना, रात टाइम है ना, बच्चे बुच्चे फैमिली के नाल आए हो तो डर डुर जाए गार ने। फैमिली पिकनिक स्पॉट भी है, बहुत अच्छा बने है। तो दूसरी कार है कि लेफ्ट तो जाओ, राइट तो जाओ, अंदरों जाओ, हर पास तुम बाहर आ सकते हो। कार छोटी मैं तुम दिखाता हूँ। अगर ये देखें अंदर से बिल्कुल खला बना हुआ है, अगर ये है कि ये कभी गिर सकती है या नहीं गिर सकती, ये तो नेचर है, अल्लाह पाक में पता है। पर हाल एहतियात बेहतर है, मगर ये कि अंदर तो रात के टाइम मैं सलाह देंगा, मशवरा देंगा, रात के टाइम नहीं आना, तुम थोड़ा जाने कि बच्चे वैसे भी डर जाते, थोड़ी जी खौफजदा जी चले, इस गलो फैमिली के नाल आओ, मगर दिन टाइम जड़ा बिचों पत्थर टिब्बिया एक रस्ता बने, इतों ही चढ़ना है। मगर यह कोशिश करो कि तुम फर के चढ़ जाओ, ऐ ना डिग पो। लो जी ये एक छोटा जहाँ रेस्टोरेंट भी बने, रिफ्रेशमेंट वास्ते ना, फैमिली टू फैमिली वगैरह वास्ते। किधर बने हैं दूसरा वो उपर देखो, यह तो नज़र आ रहे होने, यह बने है इतने एक्सपेंडर वास्ते। छोटी जी पिंगा भी उन्होंने बनाई है कि बच्चे आन फैमिली वगैरह के नाल जो इंजॉय कर सकन। जी ये वो जगह है जहाँ पे मॉन्क्स अपने नहाने धोने के लिए आते थे, उसके लिए दो रस्ते, एक पानी उधर ऊपर से आ रहा है और बिल्कुल यहाँ से पानी जो है ना गंदा पानी, यहाँ से जो दूसरे रास्ते से ही बाइक जा रहा था, वही बहुत जो नहाते थे पानी, अभी तक पीछे पहाड़ी पे जो चश्मे या कोई रास्ता था बनाया गया था या बना हुआ था, वो अभी तक उसका पानी उसका वैसे ही आ रहा है। इंशाल्लाह उम्मीद है कि आप लोगों को हमारा व्लॉग पसंद आया होगा। इंशाल्लाह नेक्स्ट व्लॉग के लिए देखते रहिए पंजाबी की मस्ती यूट्यूब चैनल।